ਦੇਸ਼ ਨੂੰ ਗੁਲਾਮੀ ਤੋਂ ਛੁਟਕਾਰਾ ਦਿਲਵਾਉਣ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ 'ਚ ਸਮਾਜ ਸੇਵੀ ਸੰਗਠਨਾਂ ਵੱਲੋਂ ਇੱਕ ਨਸ਼ਾ ਵਿਰੋਧੀ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਨੌਜਵਾਨਾਂ ਨੇ ਸ਼ਹੀਦਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੇ, ਸਮਾਜ ਵਿੱਚ ਇੱਕ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਵੀ ਚੁੱਕਿਆ ਹੈ ਅਤੇ ਸ਼ਹੀਦਾਂ ਦੇ ਸਮਾਰਕ 'ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅੱਜ ਅਸੀਂ ਦੇਸ਼ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੁੱਚੀਆਂ ਜਥੇਬੰਦੀਆਂ ਸ਼ਾਂਤੀ ਮਾਰਚ ਕਰ ਰਹੀਆਂ ਨੇਗੀਆਂ, ਜਿਨ੍ਹਾਂ ਸ਼ਹੀਦਾਂ ਨੇ ਸਾਡੇ ਪਿੱਛੇ, ਆਪਣੇ ਸਮਾਜ ਪਿੱਛੇ ਆਪਣੀਆਂ ਜਾਨਾਂ ਦੇ ਦਿੱਤੀਆਂ ਗਈਆਂ ਨੇ। ਉਨੇ ਦਿਹਾੜੇ ਤਾਂ ਅੱਜ ਸਾਡੇ ਲੋਕ ਮਨਾ ਰਹੇ ਨੇ, ਪਰ ਦੁੱਖ ਦੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਨਿਸ਼ਾਨ ਕਰ ਦਿੱਤੀਆਂ, ਆਪਣਾ ਟੱਬਰ ਛੱਡ ਦਿੱਤਾ, ਆਪਣਾ ਸਭ ਕੁਝ ਛੱਡ ਕੇ ਫਾਂਸੀ 'ਤੇ ਹੱਸਦੇ ਹੱਸਦੇ ਚੜ੍ਹ ਗਏ ਨੇ, ਉਹਨਾਂ ਨੂੰ ਅਜੇ ਤੱਕ ਸਰਕਾਰੀ ਕਾਗਜ਼ਾਂ ਦੇ ਵਿੱਚ ਸ਼ਹੀਦ ਨਹੀਂ ਮੰਨਿਆ ਗਿਆ। ਇਸ ਗੱਲ ਦੀ ਬੜੀ ਦੁੱਖ ਹੈ ਸਾਨੂੰ, ਇਸ ਗੱਲ ਦਾ ਮੰਗ ਕਰਦੇ ਹਾਂ ਹਿੰਦੁਸਤਾਨ ਦੀ ਸਰਕਾਰ ਪਾਸੋਂ ਕਿ ਸਾਡੇ ਉਹਨਾਂ ਮਹਾਨ ਸਪੁੱਤਾਂ ਨੂੰ, ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਕਰਕੇ ਅਸੀਂ ਆਜ਼ਾਦੀਆਂ ਮਾਰ ਰਹੇ ਹਾਂ, ਜਿਨ੍ਹਾਂ ਕਰਕੇ ਅੱਜ ਅਸੀਂ ਖੁੱਲ੍ਹੇ ਤੌਰ 'ਤੇ ਜਸ਼ਨ ਮਨਾਉਂਦੇ ਫਿਰ ਰਹੇ ਹਾਂ, ਪਰ ਉਹਨਾਂ ਦੇ ਨਾਮ ਜਿਹੜੇ ਨੇਗੇ ਸ਼ਹੀਦਾਂ ਦੇ ਵਿੱਚ ਨਾ ਲਿਖੇ ਜਾਣੇ, ਬੜੇ ਹੀ ਦੁੱਖ ਦੀ ਗੱਲ ਹੈ। ਮੰਗ ਕੀਤੀ ਜਾ, ਅਸੀਂ ਇਹ ਮੰਗ ਕਰਦੇ ਹਾਂ ਅੱਜ ਕਿ ਉਹਨਾਂ ਦੇ ਨਾਮ ਹਿੰਦੁਸਤਾਨ ਦੇ ਕਾਗਜ਼ਾਂ ਦੇ ਵਿੱਚ, ਸਰਕਾਰੀ ਕਾਗਜ਼ਾਂ 'ਚ ਸ਼ਹੀਦ ਕਰਾਰ ਦਿੱਤਾ ਜਾਵੇ। ਅੱਜ ਦਾ ਜਿਹੜਾ ਦਿਹਾੜਾ ਹੈ, ਇਹ ਸਾਡਾ ਮਤਲਬ ਕਿ ਵੀ ਸਾਰੀਆਂ ਸੰਸਥਾਵਾਂ ਦਾ, ਸੰਗਰੂਰ ਦੀਆਂ ਦਾ ਸਾਂਝਾ ਪ੍ਰੋਗਰਾਮ ਹੈ। ਅਸੀਂ ਅੱਜ ਉਸ ਬੰਦੇ, ਉਸ ਸ਼ਖਸ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਲਈ ਧੂਰੀ ਗੇਟ, ਪਟਿਆਲਾ ਗੇਟ ਤੋਂ ਚੱਲ ਕੇ ਧੂਰੀ ਗੇਟ ਬੱਸ ਸਟੈਂਡ 'ਤੇ, ਜਿੱਥੇ ਉਹਨਾਂ ਦੀਆਂ ਚਿੰਨ੍ਹ ਬਣੇ ਹੋਏ ਨੇ ਸ਼ਹੀਦਾਂ ਦੇ, ਉਹਨਾਂ ਨੂੰ ਆਪਣੀ ਆਪਣਾ ਮਤਲਬ ਕਿ ਸਮਰਪਣ ਕਰਨ ਜਾ ਰਹੇ ਹੈਗੇ। ਅਤੇ ਇਸ ਵਾਸਤੇ ਸਾਡਾ ਸਾਰਾ ਜਿਹੜਾ ਸ਼ਹਿਰ ਨਿਵਾਸੀ ਨੇ, ਸਾਡੇ ਸਹਿਯੋਗੀ ਨੇ, ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀਆਂ ਸਰਕਾਰਾਂ ਦੀਆਂ ਗੱਲਾਂ ਨੇਗੀਆਂ, ਉਹ ਸਰਕਾਰਾਂ ਦੇ ਨਾਲ ਨੇ, ਪਰ ਜਿਹੜੇ ਨੌਜਵਾਨ ਤਬਕਾ ਹੈਗਾ, ਅੱਜ ਨੌਜਵਾਨ ਤਬਕਾ ਇਹ ਚਾਹੁੰਦਾ ਵੀ ਅੱਜ ਜੋ ਸੋਚ ਉਹਨਾਂ ਦੀ ਸੀਗੀ, ਉਸ ਸੋਚ ਨੂੰ ਸਰਕਾਰ ਅਪਣਾਵੇ, ਨਸ਼ਾ ਮੁਕਤ ਕਰਾਵੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ। ਇਹਨਾਂ ਵਾਸਤੇ ਉਹਨਾਂ ਨੇ ਲੜਾਈ ਲੜੀ ਆ, ਉਹ ਅੱਜ ਇਸ ਮੁਕਾਮ 'ਤੇ ਬੈਠੇ ਨੇਗੇ, ਅਤੇ ਪਰ ਜਿਹੜੇ ਨੌਜਵਾਨ ਅੱਜ ਉਹਨਾਂ ਦੇ ਦਿਹਾੜੇ ਨੂੰ ਮਨਾ ਰਹੇ ਨੇ, ਉਹ ਅੱਜ ਪਿੱਛੇ ਹਟੇ ਹੋਏ ਨੇ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।